ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਨਮਸਕਾਰ। ਚੱਲਦੇ ਹਾਂ ਜੀ ਆਪਣੇ ਨੈਕਸਟ ਐਪੀਸੋਡ ਦੇ ਉੱਤੇ। ਜਿਸ ਤਰ੍ਹਾਂ ਕਿ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ, ਤਸਵੀਰ ਦੇ ਵਿੱਚ ਇੱਕ ਟ੍ਰੈਂਗਲ ਤੁਹਾਨੂੰ ਦਿਖਾਈ ਦੇ ਰਹੀ ਹੈ। ਟ੍ਰੈਂਗਲ ਦਾ ਮਤਲਬ ਹੁੰਦਾ ਹੈ ਸੁਨੇਲੇ ਦੀ ਪੈਰੀਕਲੋਜ਼, ਖਤਰੇ ਦੇ ਨਿਸ਼ਾਨ। ਇਹਦੇ ਵਿੱਚ ਇੱਕ ਤੁਹਾਨੂੰ ਹੋਰ ਨਿਸ਼ਾਨ ਦਿਖਾਈ ਦੇ ਰਿਹਾ ਕਾਲੇ ਰੰਗ ਦਾ। ਬਸ ਅੱਜ ਦਾ ਜਿਹੜਾ ਟੌਪਿਕ ਹੈ ਜੀ ਇਸੇ ਨਿਸ਼ਾਨ ਦੇ ਉੱਪਰ ਹੈ। ਇਹਨੂੰ ਕਹਿੰਦੇ ਆ ਕੂਰਵਾ ਪੈਰੀਕਲੋਜ਼, ਦੋ ਪਹੀਆ ਕੂਰਵਾ, ਡਬਲ ਮੋੜ ਪੰਜਾਬੀ ਭਾਸ਼ਾ ਦੇ ਵਿੱਚ। ਦੇਖਦੇ ਹਾਂ ਇਲ ਸੁਨੇਲੇ ਰਫਿਗਰਾਤੋ ਪ੍ਰੀ ਅਨੁਚੀਆ ਉਹਨਾਂ ਦੋ ਪਹੀਆ ਕੂਰਵਾ ਪੈਰੀਕਲੋਜ਼ ਲਾ ਪ੍ਰੀਮਾ ਅਦੈਸਰਾ। ਉਹ ਕਹਿੰਦਾ ਕਿ ਇਹ ਨਿਸ਼ਾਨ ਜਿਹੜਾ ਹੈ ਇਹ ਦਰਸਾਉਂਦਾ ਹੈ, ਪ੍ਰੀ ਚੇਤਾਵਨੀ ਹੈ ਕਿ ਅੱਗੇ ਇੱਕ ਦੋ ਪਹੀਆ ਪੈਰੀਕਲੋਜ਼ਾ, ਮਤਲਬ ਦੋ ਪਹੀਆ ਜਿੱਦਾਂ ਕਿ ਡਬਲ ਮੋੜ ਹੈ, ਖਤਰਨਾਕ ਮੋੜ ਹੈ। ਜਿਹੜਾ ਪਹਿਲਾ ਮੋੜ ਹੈ ਉਹ ਸੱਜੇ ਪਾਸੇ ਨੂੰ ਹੈ। ਤੁਸੀਂ ਤਸਵੀਰ ਵਿੱਚ ਵੀ ਦੇਖ ਸਕਦੇ ਹੋ ਕਿ ਪਹਿਲਾਂ ਸੱਜੇ ਪਾਸੇ ਨੂੰ ਮੋੜ ਮੁੜਦਾ ਹੈ, ਫਿਰ ਜਾ ਕੇ ਸੜਕ ਸਿੱਧੀ ਹੋ ਜਾਂਦੀ ਹੈ, ਪਰੰਤੂ ਸਿੱਧੀ ਸੜਕ ਹੋਣ ਦੇ ਵਾਸਤੇ ਵੀ ਤੁਹਾਨੂੰ ਜਿਹੜਾ ਹੈ ਜੀ ਖੱਬੇ ਪਾਸੇ ਨੂੰ ਮੁੜਨਾ ਪਏਗਾ। ਇਸ ਤਰ੍ਹਾਂ ਦੋ ਮੋੜ ਆਉਂਦੇ ਹਨ। ਨੈਕਸਟ ਆਪਣਾ ਸਵਾਲ, ਇਲ ਸੁਨੇਲੇ ਰਫਿਗਰਾਤੋ ਪ੍ਰੀ ਨੂਚੀਆ ਉਨ ਤਰਾਤੋ ਦੀ ਸਤਰਾਦਾ ਨੋਨ ਰੇਤੀ ਲੀਨੀਓ ਕਿ ਲਿਮਿਤਾ ਲਾ ਵਿਜ਼ੀਬਿਲਤਾ। ਉਹ ਕਹਿੰਦਾ ਹੈ ਕਿ ਇਹ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਈ ਦੇ ਰਿਹਾ ਹੈ, ਇਹ ਨਿਸ਼ਾਨ ਇਹ ਦਰਸਾਉਂਦਾ ਹੈ ਕਿ ਸੜਕ ਜਿਹੜੀ ਹੈ ਉਹ ਸਿੱਧੀ ਨਹੀਂ ਹੈ, ਰੇਤੀ ਲੀਨੀ ਹੁੰਦਾ ਸਿੱਧਾ, ਕਿ ਲਿਮਿਤਾ ਲਾ ਵਿਜ਼ੀਬਿਲਤਾ ਜਿਹਦੇ ਨਾਲ ਕਿ ਜਿਹੜੀ ਵਿਜ਼ੀਬਿਲਟੀ ਹੈ ਉਹ ਘੱਟ ਜਾਂਦੀ ਹੈ। ਅਗਰ ਸੜਕ ਸਿੱਧੀ ਹੁੰਦੀ ਤਾਂ ਵਿਜ਼ੀਬਿਲਟੀ ਵੱਧ ਜਾਣੀ ਸੀ। ਹੁਣ ਤੀਸਰਾ ਸਵਾਲ ਹੈ ਜੀ, ਇਲ ਸੁਨੇਲੇ ਰਫਿਗਰਾਤੋ ਪੋ ਐਸਰੇ ਇੰਤੇਗਰਾਤੋ ਕੌਨ ਉਨ ਪਨੈਲੋ ਇਹਦੀ ਕਾਂਤੀ ਤੁਰਨਾਂਤੀ। ਇਹ ਨਿਸ਼ਾਨ ਇਹ ਦਰਸਾਉਂਦਾ ਹੈ ਕਿ ਜਿਹੜੀ ਇਹ ਨਿਸ਼ਾਨ ਹੈ ਇਹਦੇ ਨਾਲ ਇੱਕ ਪਨੈਲੋ ਵੀ ਲੱਗੀ ਹੋ ਸਕਦੀ ਹੈ ਜਿਹਦੇ ਉੱਤੇ ਤੁਰਨਾਂਤੀ ਲਿਖਿਆ ਹੋਵੇ। ਹਾਂਜੀ ਅਗਲਾ ਸਵਾਲ, ਇਲ ਸੁਨੇਲੇ ਰਫਿਗਰਾਤੋ ਰਿਕੇ ਦੇ ਦੀ ਮੋਦੇਰਾਰੀ ਲਾ ਵਿਲੋਚਿਤਾ ਪੇਰ ਪੁੱਤਰ ਸੀ ਅਰੇਸਤਾਰੇ ਇਨਕਾਜ਼ੋ ਦੀ ਉਨ ਉਸਤਾ ਕੋਲੋਂ ਇੰਪਰੋਵਿਜ਼, ਉਸਤਾ ਕੋਲੋਂ ਰੁਕਾਵਟ ਇੰਪਰੋਵਿਜ਼ੋ ਅਚਾਨਕ। ਇਹ ਨਿਸ਼ਾਨ ਇਹ ਦਰਸਾਉਂਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ, ਹਰ ਸਵਾਲ ਦੇ ਅੱਗੇ ਇੱਕ ਤੁਹਾਨੂੰ ਤਸਵੀਰ ਮਿਲਦੀ ਹੈ, ਜਿਹੜੀ ਗੱਲਬਾਤ ਹੈ ਉਸੇ ਨਿਸ਼ਾਨ ਦੇ ਉੱਤੇ ਹੋ ਰਹੀ ਹੈ। ਇਲ ਸੁਨੇਲੇ ਰਫਿਗਰਾਤੋ ਰਿਕੇ ਦੇ ਦੀ ਮੋਦੇਰਾਰੀ ਲਾ ਵਿਲੋਚਿਤਾ, ਇਹ ਨਿਸ਼ਾਨ ਇਹ ਦੱਸਦਾ ਹੈ ਕਿ ਤੁਹਾਨੂੰ ਜਿਹੜੀ ਇਸ ਟਾਈਮ ਸਪੀਡ ਨੂੰ ਕੰਟਰੋਲ ਕਰ ਲੈਣਾ ਚਾਹੀਦਾ ਹੈ। ਕਿਉਂ ਪੇਰ ਪਤੇਰ ਸੀ ਰਿਸਤਾਰੇ, ਤੁਹਾਨੂੰ ਗੱਡੀ ਨੂੰ ਅਚਾਨਕ ਖੜ੍ਹਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਕੋਈ ਅਚਾਨਕ ਜਿਹੜੀ ਰੁਕਾਵਟ ਹੈ ਇਸ ਸੜਕ ਦੇ ਉੱਤੇ ਤੁਹਾਨੂੰ ਮਿਲ ਸਕਦੀ ਹੈ। ਇਸ ਕਰਕੇ ਜਿਹੜੀ ਸਪੀਡ ਹੈ ਉਸਨੂੰ ਕੰਟਰੋਲ ਦੇ ਵਿੱਚ ਰੱਖਣਾ ਹੈ। ਨੈਕਸਟ ਆਪਣਾ ਸਵਾਲ ਹੈ ਜੀ, ਇਲ ਸੁਨੇਲੇ ਰਫਿਗਰਾਤੋ ਪਉ ਐਸਰੇ ਇੰਤੇਗਰਾਤੋ ਕੌਨ ਇਲ ਪਨੈਲੋ ਇਨ ਫਿਗੂਰਾ। ਉਹ ਕਹਿੰਦਾ ਹੈ ਕਿ ਇਸ ਤਰ੍ਹਾਂ ਦੇ ਨਿਸ਼ਾਨ ਦੇ ਵਿੱਚ ਇੱਕ ਜਿੱਦਾਂ ਕਿ ਤੁਹਾਨੂੰ ਇੱਕ ਪਨੈਲੋ ਦਿਖਾਈ ਦੇ ਰਹੀ ਹੈ ਥੱਲੇ ਲੱਗੀ ਹੋਈ, ਜਿਹਦੇ ਉੱਤੇ 2.8 ਕਿਲੋਮੀਟਰ ਲਿਖਿਆ ਹੈ, ਤੀਰਾਂ ਦੇ ਨਿਸ਼ਾਨ ਹਨ। ਇਸ ਤਰ੍ਹਾਂ ਜਿਹੜੀ ਪਨੈਲੋ ਹੈ ਜੀ ਉਹ ਲੱਗੀ ਹੋਈ ਦਿਖਾਈ ਦੇ ਸਕਦੀ ਹੈ, ਅਤੇ ਬਿਲਕੁਲ ਸੱਚੀ ਗੱਲ ਹੈ ਜੀ, ਇਸ ਤਰ੍ਹਾਂ ਦੀ ਪਨੈਲੋ ਇਸ ਦੇ ਨਾਲ ਲੱਗੀ ਦਿਖਾਈ ਦੇ ਸਕਦੀ ਹੈ। ਨੈਕਸਟ ਆਪਣਾ ਸਵਾਲ ਹੈ, ਲਾ ਫਿਗੂਰਾ ਰਿਪ੍ਰੈਜ਼ੈਂਟਾਦਾ ਉਨ ਸੁਨੇਲੇ ਦੀ ਪੈਰੀਕੋਲੋ। ਇਹ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਇੱਕ ਖਤਰੇ ਦਾ ਨਿਸ਼ਾਨ ਹੈ। ਇਹ ਜਿਹੜਾ ਸਿਗਨਲ ਹੈ ਜੀ ਇਹ ਖਤਰੇ ਦਾ ਨਿਸ਼ਾਨ ਹੀ ਹੁੰਦਾ ਹੈ। ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਇਸ ਵੀਡੀਓ ਦੇ ਵਿੱਚ ਕਿ ਇਹ ਇੱਕ ਖਤਰੇ ਦਾ ਨਿਸ਼ਾਨ ਹੈ। ਹੁਣ ਆਪਣਾ ਨੈਕਸਟ ਸਵਾਲ ਹੈ, ਇਲ ਸੁਨੇਲੇ ਰਫਿਗਰਾਤੋ ਪ੍ਰੀ ਅਨੁਚੀਆ। ਇਹ ਨਿਸ਼ਾਨ ਇੱਕ ਤਰ੍ਹਾਂ ਦੀ ਚੇਤਾਵਨੀ ਦਿੰਦਾ ਹੈ, ਪ੍ਰੀ ਅਨੁਚੀਆ ਚੇਤਾਵਨੀ ਦੀ ਨੋਰਮਾ ਆਚੈਨ ਤੋਂ ਚੁਕਵਾਂਤਾ ਮਿਤਰੀ। ਜਿੱਦਾਂ ਕਿ ਤੁਹਾਨੂੰ ਇਹ ਦੱਸ ਦਈਏ ਖਤਰੇ ਦੇ ਨਿਸ਼ਾਨ ਜ਼ਿਆਦਾਤਰ ਜਿੰਨੇ ਵੀ ਹੁੰਦੇ ਹਨ ਇਹ ਤਕਰੀਬਨ ਜਿਸ ਜਗ੍ਹਾ ਤੋਂ ਖਤਰਾ ਹੋਵੇ ਉਸ ਤੋਂ 150 ਮੀਟਰ ਪਹਿਲਾਂ ਇਹ ਖਤਰੇ ਦਾ ਨਿਸ਼ਾਨ ਜਿਹੜਾ ਹੈ ਜੀ ਟੰਗ ਦਿੱਤਾ ਜਾਂਦਾ ਸੜਕ ਦੇ ਉੱਤੇ, ਤਾਂ ਕਿ 150 ਮੀਟਰ ਪਹਿਲਾਂ ਇਸ ਕਰਕੇ ਲਾਇਆ ਜਾਂਦਾ ਹੈ ਤਾਂ ਕਿ ਜਿਹੜੀ ਸਪੀਡ ਹੈ ਜੀ ਉਸਨੂੰ ਕੰਟਰੋਲ ਕੀਤਾ ਜਾ ਸਕੇ। ਇਹ ਥੋੜ੍ਹੀ ਹੈ ਕਿ ਮੌਕੇ ਦੇ ਉੱਤੇ ਜਾ ਕੇ ਇਹ ਨਿਸ਼ਾਨ ਦਿੱਤਾ ਜਾਵੇ ਜਿੱਥੇ ਕਿ ਖੱਡਾ ਹੋਏਗਾ ਜਾਂ ਕੋਈ ਖਤਰਾ ਹੋਏਗਾ। ਹੁਣ ਇਹ ਨਿਸ਼ਾਨ ਕੀ ਕਹਿੰਦਾ, ਇਲ ਸੁਨੇਲੇ ਰਫਿਗਰਾਤੋ ਪ੍ਰੀ ਅਨੁਚੀਆ ਦੀ ਨੋਰਮਾ ਆਚੈਨ ਤੋਂ ਚੁਕਵਾਂਤਾ ਮਿਤਰੀ ਉਹਨਾਂ ਦੋ ਪਹੀਆ ਕੂਰਵਾ ਪੈਰੀਕਲੋਜ਼ਾਂ। ਇਹ ਨਿਸ਼ਾਨ ਇਹ ਦੱਸਦਾ ਹੈ ਕਿ 150 ਮੀਟਰ ਪਹਿਲਾਂ ਇਹ ਨਿਸ਼ਾਨ ਤੁਹਾਨੂੰ ਮਿਲੇਗਾ, ਅੱਗੇ ਜਾ ਕੇ ਇੱਕ ਡਬਲ ਖਤਰਨਾਕ ਮੋੜ ਹੈ। ਅਗਲੇ ਨਿਸ਼ਾਨ 'ਤੇ ਇਨ ਪ੍ਰਜੈਂਸਾ ਦਿਲ ਸੁਨੇਲੇ ਰਫਿਗਰਾਤੋ ਬਿਜ਼ੋਨੀਆ ਮੁਦਰਾਰੀ ਲਾ ਵਿਲੋਚਿਤਾ। ਉਹ ਕਹਿੰਦਾ ਕਿ ਜੇ ਤੁਹਾਨੂੰ ਇਹੋ ਜਿਹਾ ਨਿਸ਼ਾਨ ਕਿਤੇ ਵੀ ਦਿਖਾਈ ਦੇਵੇ ਤਾਂ ਇੱਕ ਤਰ੍ਹਾਂ ਦੀ ਚੇਤਾਵਨੀ ਦਿੰਦਾ ਹੈ, ਇਸ ਤਰ੍ਹਾਂ ਦਰਸਾਉਂਦਾ ਹੈ ਕਿ ਤੁਹਾਨੂੰ ਜਿਹੜੀ ਸਪੀਡ ਹੈ ਜੀ ਉਸ ਜਗ੍ਹਾ ਦੇ ਉੱਤੇ ਆਪਣੇ ਆਪ ਹੀ ਘਟਾ ਲੈਣੀ ਚਾਹੀਦੀ ਹੈ। ਹੁਣ ਸਾਰੇ ਵੀਰ ਜਾਂ ਭੈਣਾਂ ਇਸ ਚੀਜ਼ ਦਾ ਖਿਆਲ ਰੱਖਣ ਕਿ ਜਿੱਥੇ ਵੀ ਤੁਹਾਨੂੰ ਇਹੋ ਜਿਹਾ ਨਿਸ਼ਾਨ ਮਿਲਦਾ ਹੈ ਉੱਥੇ ਤੁਹਾਨੂੰ ਕਿਸੇ ਬੰਦੇ ਨੇ ਆ ਕੇ ਨਹੀਂ ਕਹਿਣਾ ਕਿ ਤੁਸੀਂ ਸਪੀਡ ਨੂੰ ਘਟਾਉਣਾ ਹੈ ਜਾਂ ਵਧਾਉਣਾ ਹੈ। ਤੁਸੀਂ ਆਪਣੇ ਆਪ ਹੀ ਇਹਨਾਂ ਚੀਜ਼ਾਂ ਨੂੰ ਸਮਝਣਾ ਹੈ ਕਿ ਜਿਹੜੀ ਸਪੀਡ ਹੈ ਜੀ ਉਸ ਜਗ੍ਹਾ ਦੇ ਉੱਤੇ ਘਟਾਉਣੀ ਹੈ, ਕਿਉਂਕਿ ਟ੍ਰੈਂਗਲ ਹਮੇਸ਼ਾ ਹੀ ਖਤਰੇ ਦਾ ਨਿਸ਼ਾਨ ਦੱਸਦੀ ਹੈ। ਹੁਣ ਜਿਹੜਾ ਨਿਸ਼ਾਨ ਹੈ ਜੀ ਆਪਣਾ ਲਾਲ ਰੰਗ ਦੇ ਵਿੱਚ ਨਿਸ਼ਾਨ ਤੁਹਾਨੂੰ ਦਿਖਾਈ ਦੇ ਰਿਹਾ ਹੈ, ਕਾਲੇ ਰੰਗ ਦਾ ਨਿਸ਼ਾਨ ਹੈ, ਫੋਟੋ ਸੇਮ ਹੈ ਅੱਗੇ ਵਾਲੀ, ਪਰੰਤੂ ਜਿਹੜੇ ਅਕਸ਼ਰਾਂ ਦੇ ਰੰਗ ਹਨ ਉਹ ਲਾਲ ਹੋ ਚੁੱਕੇ ਹਨ, ਲਾਲ ਅਕਸ਼ਰ ਅੱਗੇ ਦਿਖਾਈ ਦਿੰਦੇ ਹਨ, ਜਿਸ ਦਾ ਮਤਲਬ ਹੈ ਕਿ ਜਿਹੜੇ ਗਲਤ ਸਵਾਲ ਸ਼ੁਰੂ ਹੋ ਚੁੱਕੇ ਹਨ। ਇਲ ਸੁਨੇਲੇ ਰਫਿਗਰਾਤੋ ਪ੍ਰੀ ਅਨੁਚੀਆ ਉਹਨਾਂ ਦੇਵੀ ਐਸੋ ਨੇ ਪੇਰ ਲਵੋਰੀ ਇਨਕੋਰਸ। ਦੇਵੀ ਐਸੋ ਨੇ ਹੁੰਦਾ ਹੈ ਕਿ ਜਿੱਦਾਂ ਇੱਕ ਰਸਤਾ ਦੂਜੇ ਪਾਸੇ ਨੂੰ ਮੋੜ ਦੇਣਾ।
ਮੰਨ ਲਓ ਕਿ ਇੱਕ ਰਸਤੇ ਉੱਤੇ ਸੜਕ ਬਣ ਰਹੀ ਹੈ ਤਾਂ ਉਹਨਾਂ ਨੇ ਇੱਕ ਨਾਲ ਦੀ ਇੱਕ ਹੋਰ ਸ਼ੋਰਟ ਰਸਤਾ ਕੱਢ ਦਿੱਤਾ ਹੈ ਤਾਂ ਕਿ ਜਿਹੜੀਆਂ ਗੱਡੀਆਂ ਉੱਥੋਂ ਲੰਘ ਸਕਣ। ਉਹ ਕਹਿੰਦੇ ਕਿ ਇਹ ਨਿਸ਼ਾਨ ਜਿਹੜਾ ਹੈ ਜੀ ਇੱਕ ਤਰ੍ਹਾਂ ਦੀ ਚੇਤਾਵਨੀ ਹੈ ਕਿ ਅੱਗੇ ਕੰਮ ਚੱਲ ਰਿਹਾ, ਇਸ ਤਰ੍ਹਾਂ ਇੱਕ ਵੱਖਰਾ ਰਸਤਾ ਦਿੱਤਾ ਗਿਆ ਹੈ। ਦੇਵੀ ਐਸੋ ਨੇ ਗਲਤ ਸਵਾਲ ਹੈ ਜੀ, ਇਸ ਤਰ੍ਹਾਂ ਨਹੀਂ ਹੈ। ਅਗਲਾ ਨਿਸ਼ਾਨ ਹੈ ਇਲਸਨਾਲੇ ਰਫੀਗਰਾਤੋ ਪ੍ਰੀ ਨੁੰਚਿਆ ਉਨ ਰਿਕੋਰਦੋ ਦੀ ਅਸ਼ੀਤਾ ਔਤੋਸਤਰਾਦਾ। ਉਹ ਕਹਿੰਦਾ ਕਿ ਜਿਹੜਾ ਨਿਸ਼ਾਨ ਇਹ ਦੱਸਦਾ ਹੈ ਕਿ ਇਸ ਜਗ੍ਹਾ 'ਤੇ ਅੱਗੇ ਔਤੋਸਤਰਾਦਾ ਦੇ ਵਿੱਚੋਂ ਨਿਕਲਣ ਦੇ ਵਾਸਤੇ ਇੱਕ ਰਸਤਾ ਹੈ, ਅਸ਼ੀਤਾ ਹੈ, ਐਗਜ਼ੀਡੀਓ ਨੂੰ ਕਹਿੰਦੇ ਆ। ਗਲਤ ਸਵਾਲ ਹੈ। ਅਗਲਾ ਸਵਾਲ ਆਪਣਾ ਇਲਸਨਾਲੇ ਰਫੀਗਰਾਤੋ ਪ੍ਰੀ ਨੁੰਚਿਆ ਉਹਨਾਂ ਦੀ ਚੀਜ਼ ਦਾ ਪੈਰੀਕਲੂਜ਼ਾ। ਹੁਣ ਤੁਸੀਂ ਸੜਕ ਦੇ ਉੱਤੇ ਕਾਲੇ ਰੰਗ ਦਾ ਜਿਹੜਾ ਨਿਸ਼ਾਨ ਤੁਹਾਨੂੰ ਟ੍ਰੈਂਗਲ ਦੇ ਵਿੱਚ ਦਿਖਾਈ ਦੇ ਰਿਹਾ, ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਸਿੱਧੀ ਸੜਕ ਉੱਪਰ ਨੂੰ ਜਾ ਰਹੀ ਹੈ, ਫਿਰ ਥੱਲੇ ਨੂੰ ਆਉਂਦੀ ਹੈ, ਫਿਰ ਉੱਪਰ ਨੂੰ। ਇਹਨਾਂ ਨੇ ਇਸ ਚੀਜ਼ ਦਾ ਗਲਤ ਮਤਲਬ ਕੱਢ ਕੇ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਨਿਸ਼ਾਨ ਇੱਕ ਤਰ੍ਹਾਂ ਦੀ ਚੇਤਾਵਨੀ ਹੈ ਕਿ ਅੱਗੇ ਇੱਕ ਬਹੁਤ ਹੀ ਖਤਰਨਾਕ ਉਤਰਾਈ ਹੈ। ਬਿਲਕੁਲ ਗਲਤ ਸਵਾਲ ਹੈ ਜੀ, ਇਸਦਾ ਉਤਰਾਈ ਦੇ ਨਾਲ ਕੋਈ ਮਤਲਬ ਨਹੀਂ ਹੈ, ਇਹ ਤਾਂ ਇੱਕ ਡਬਲ ਮੋੜ ਵਾਲਾ ਨਿਸ਼ਾਨ ਹੈ। ਅਗਲਾ ਸਵਾਲ ਹੈ ਜੀ ਇਲਸਨਾਲੇ ਰਫੀਗਰਾਤੋ ਪ੍ਰੀ ਅਨੁਚਿਆ ਉਨ ਤਰਾਤੋ ਦੀ ਸਤਰਾਦਾ। ਕੌਣ ਸੁਪਰੀਫੀਚੇ ਹੁੰਦਾ ਹੈ ਜੀ, ਜਿੱਦਾਂ ਕਿ ਫਰਸ਼, ਜਿਹੜੀ ਫਰਸ਼ ਕਹਿ ਲਓ ਸੜਕ ਦੀ। ਸਦਰੂਚੇ ਵੋਲੇ ਉਹ ਕਹਿੰਦਾ ਕਿ ਨਿਸ਼ਾਨ ਇਹ ਦਰਸਾਉਂਦਾ ਹੈ ਕਿ ਅੱਗੇ ਜਿਹੜੀ ਸੜਕ ਹੈ ਜੀ, ਉਸ ਜਿਹੜੀ ਪਾਵੀਮੈਂਟ ਹੈ ਸੜਕ ਦੀ ਜਾਂ ਜੋ ਵੀ ਬੇਸ ਹੈ ਉਹ ਤਿਲਕਣ ਦੇ ਨਾਲ ਭਰਪੂਰ ਹੈ। ਬਿਲਕੁਲ ਗਲਤ ਸਵਾਲ ਹੈ ਜੀ, ਇਸੇ ਕਰਕੇ ਤੁਹਾਨੂੰ ਵਾਰ ਵਾਰ ਕਹੀਦਾ ਹੈ ਕਿ ਨਿਸ਼ਾਨ ਇੱਕ ਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਕ ਨਿਸ਼ਾਨ ਦੇ ਉੱਤੇ ਇਹਨਾਂ ਨੇ ਕਿੰਨੇ ਸਵਾਲ ਬਣਾਏ ਹਨ। ਤਕਰੀਬਨ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਿਸ਼ਾਨ ਦੇ ਉੱਤੇ ਕਿੰਨੇ ਸਵਾਲ ਹਨ। ਅਗਰ ਤੁਸੀਂ ਸਾਰੇ ਸਵਾਲਾਂ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਦੇ ਅਤੇ ਮੰਨ ਲਓ ਜਿਹੜਾ ਸਵਾਲ ਤੁਸੀਂ ਨਹੀਂ ਪੜ੍ਹਿਆ ਉਹ ਪੇਪਰ ਦੇ ਵਿੱਚ ਆ ਜਾਂਦਾ ਤਾਂ ਤੁਹਾਡਾ ਸਵਾਲ ਗਲਤ ਹੋਵੇ ਤਾਂ ਤੁਹਾਡੇ ਕੋਲ ਜਿਹੜੇ ਪਾਸ ਹੋਣ ਦੇ ਮੌਕੇ ਹਨ ਹੋਰ ਜ਼ਿਆਦਾ ਘੱਟਦੇ ਹਨ। ਇਸ ਕਰਕੇ ਬੇਸ਼ੱਕ ਥੋੜ੍ਹੇ ਸਟੱਡੀ ਐਗਜ਼ਾਮ ਕਰੋ, ਥੋੜ੍ਹੇ ਕੁਇਜ਼ ਕਰੋ, ਪਰੰਤੂ ਜਿੰਨਾ ਵੀ ਪੜ੍ਹਨਾ ਹੈ ਉਸਨੂੰ ਚੰਗੀ ਤਰ੍ਹਾਂ ਪੜ੍ਹੋ ਅਤੇ ਉਸਦੇ ਵਿੱਚ ਕੋਈ ਵੀ ਚੀਜ਼ ਨੂੰ ਬਿਲਕੁਲ ਛੱਡਣ ਦੀ ਕੋਸ਼ਿਸ਼ ਨਾ ਕਰੋ। ਤਾਂ ਨੈਕਸਟ ਆਪਣਾ ਸਵਾਲ ਹੈ ਇਲਸਨਾਲੇ ਰਫੀਗਰਾਤੋ ਪ੍ਰੀ ਅਨੁਚਿਆ ਉਨ ਇਨਕਰੋਚੋ। ਉਹ ਕਹਿੰਦਾ ਹੈ ਕਿ ਅੱਗੇ ਇੱਕ ਇਨਕਰੋਚੋ ਦਾ ਸਿਗਨਲ ਹੈ, ਇੱਕ ਚੇਤਾਵਨੀ ਹੈ ਕਿ ਅੱਗੇ ਇੱਕ ਇਨਕਰੋਚੋ ਹੈ। ਬਿਲਕੁਲ ਗਲਤ ਸਵਾਲ ਹੈ ਜੀ। ਤੋ ਅਗਲਾ ਸਵਾਲ ਆਪਣਾ ਇਲਸਨਾਲੇ ਰਫੀਗਰਾਤੋ ਪ੍ਰੀ ਅਨੁਚਿਆ ਉਨ ਤਰਾਤੋ ਦੀ ਸਤਰਾਦਾ। ਕੌਣ ਪਾਵੀਮੈਂਟਾਸਿਓਨੇ ਰੈਗੂਲਾਰੇ। ਉਹ ਕਹਿੰਦਾ ਹੈ ਕਿ ਅਗਲਾ ਨਿਸ਼ਾਨ ਜਿਹੜਾ ਹੈ ਜੀ ਇਹ ਦਰਸਾਉਂਦਾ ਹੈ ਕਿ ਅੱਗੇ ਜਿਹੜੀ ਸੜਕ ਹੈ, ਇਸ ਜਿਹੜੀ ਪਾਵੀਮੈਂਟ ਹੈ, ਫਰਸ਼ ਹੈ ਸੜਕ ਦੀ ਜਿਹੜੀ, ਉਹ ਰੈਗੂਲਾਰੇ ਹੈ। ਰੈਗੂਲਾਰੇ ਦਾ ਮਤਲਬ ਉਬੜ ਖਾਬੜ, ਟੁੱਟੀ ਭੱਜੀ ਵੀ ਹੋ ਸਕਦੀ ਹੈ, ਜਿਹੜਾ ਕਿ ਬਿਲਕੁਲ ਗਲਤ ਸਵਾਲ ਹੈ। ਤੋਂ ਨੈਕਸਟ ਆਪਣਾ ਸਵਾਲ ਹੈ, ਲਾਸਟ ਸਵਾਲ ਹੈ ਜੀ ਇਸ ਟੋਪਿਕ ਦਾ, ਇਲਸਨਾਲੇ ਕੌਣ ਇਲਪਨੈਲੋ ਇਨ ਫਿਗੂਰਾ। ਉਹ ਕਹਿੰਦੇ ਕਿ ਜਿਹੜਾ ਨਿਸ਼ਾਨ ਹੈ ਤੁਹਾਨੂੰ ਵਿੱਚ ਦਿਖਾਈ ਦੇ ਰਿਹਾ ਤਸਵੀਰ ਦੇ ਵਿੱਚ, ਇਹਦੇ ਥੱਲੇ ਇੱਕ ਪਨੈਲੋ ਲੱਗੀ ਹੋਈ ਹੈ। ਹਾਂਜੀ, ਲੱਗੀ ਹੋਈ ਹੈ ਪਨੈਲੋ, ਉਹਦੇ ਵਿੱਚ ਬਹੁਤ ਬਰੀਕ ਬਰੀਕ ਅੱਖਰਾਂ ਵਿੱਚ ਕੁਝ ਲਿਖਿਆ ਹੈ, ਤੁਸੀਂ ਦੇਖ ਸਕਦੇ ਹੋ। ਪ੍ਰੀ ਅਨੁਚੀ ਹੈ ਚੇਤਾਵਨੀ ਉਨ ਤਰਾਤੋ ਦੀ ਸਤਰਾ ਦਾ। ਲੂੰਗੋ 3.8 ਕਿਲੋਮੀਟਰ 3.8 ਕਿਲੋਮੀਟਰੀ। ਪ੍ਰੀ ਅਨੁਚੀਆ ਉਨ ਤਰਾਤੋ ਦੀ ਸਤਰਾ ਦਾ ਲੂੰਗੋ 3.8 ਕਿਲੋਮੀਟਰੀ। ਕੌਣ ਉਹਨਾਂ ਸੀਰੀਏ ਦੀ ਕੂਰਵੇ ਪੈਰੀਕਲੋਜੀ। ਉਹ ਕਹਿੰਦਾ ਹੈ ਕਿ ਇਹ ਜਿਹੜਾ ਨਿਸ਼ਾਨ ਹੈ ਜੀ, ਇਹਦੇ ਵਿੱਚ ਇੱਕ ਪਨੈਲੋ ਲੱਗੀ ਹੋਈ ਥੱਲੇ, ਜਿਹੜੀ ਕਿ ਇਹ ਦੱਸਦੀ ਹੈ ਕਿ ਜਿਹੜੀ ਸੜਕ ਦੀ ਜਿਹੜੀ ਸਥਿਤੀ ਇਹ ਹੈ ਕਿ ਇਹਦੇ ਵਿੱਚ ਲਗਾਤਾਰ 3.8 ਕਿਲੋਮੀਟਰ ਦੀ ਜਿਹੜੀ ਸੜਕ ਅੱਗੇ ਆਏਗੀ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਖਤਰਨਾਕ ਮੋੜ ਹਨ। ਬਿਲਕੁਲ ਗਲਤ ਸਵਾਲ ਹੈ ਜੀ, ਇਸ ਤਰ੍ਹਾਂ ਇਸ ਨਿਸ਼ਾਨ ਦਾ ਜਿਹੜਾ ਮਤਲਬ ਹੈ ਇੱਥੇ ਇਹ ਬਿਲਕੁਲ ਨਹੀਂ ਬਣ ਰਿਹਾ, ਅਤੇ ਇਸ ਨਿਸ਼ਾਨ ਦਾ ਕੀ ਮਤਲਬ ਬਣੇਗਾ ਜਦੋਂ ਆਪਾਂ ਇਹਨਾਂ ਨਿਸ਼ਾਨਾਂ ਦੇ ਉੱਤੇ ਆਵਾਂਗੇ, ਤਾਂ ਉਹਦੇ ਬਾਰੇ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂਗੇ। ਬਾਕੀ ਇਸ ਟੋਪਿਕ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ, ਇਹ ਟੋਪਿਕ ਆਪਣਾ ਕੰਪਲੀਟ ਹੁੰਦਾ ਹੈ। ਹੁਣ ਇਸ ਤੋਂ ਅਗਲਾ ਨੈਕਸਟ ਆਪਣਾ ਟੋਪਿਕ ਆਏਗਾ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਵੀਡੀਓ ਦੇ ਵਿੱਚ ਆਪਾਂ ਇੱਕ ਟੋਪਿਕ ਨੂੰ ਕਵਰ ਕਰਦੇ ਹਾਂ। ਤੁਸੀਂ ਵੀਡੀਓ ਦੇਖੀ ਧੰਨਵਾਦ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਅਗਰ ਇਹਦੇ ਵਿਊ ਵਗੈਰਾ ਤੁਸੀਂ ਜ਼ਿਆਦਾ ਦੇਖੋਗੇ ਤਾਂ ਉਨੀਆਂ ਸਪੀਡ ਦੇ ਨਾਲ ਅਸੀਂ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ। ਅਗਰ ਤੁਸੀਂ ਇੰਟਰਸਟ ਘੱਟ ਲਓਗੇ ਤਾਂ ਜਿਹੜੀ ਸਪੀਡ ਹੈ ਜੀ ਵੀਡੀਓ ਪਾਉਣ ਦੀ ਉਹ ਵੀ ਫਿਰ ਘਟੇਗੀ ਥੋੜ੍ਹੀ ਬਹੁਤ। ਅਤੇ ਵੀਡੀਓ ਦੇਖੀ ਧੰਨਵਾਦ।